ਤੂੰ ਕਰੋੜਾਂ ਰੁਪਏ ਦੀ ਦਵਾਈ ਹੈ ਜਿਹੜੀ ਇਸ ਟਾਈਮ ਇੱਥੇ ਪਈ ਹੈ, ਹਾਜ਼ਰ ਪਈ ਹੈ ਨਾ, ਪਰ ਕਰੀਏ ਕਿ ਜੇ ਗਾਹਾਂ ਮੰਡੇ ਨਹੀਂ ਗਈ, ਲੋਕਾਂ ਤੱਕ ਨਹੀਂ ਗਈ, ਹੈ ਨਾ, ਫਿਰ ਉਹਦੇ ਬਾਅਦ ਸਰਕਾਰ ਥੋੜ੍ਹਾ, ਸਰਕਾਰ ਤੋਂ ਦੇਖੋ ਇੰਨੇ ਵਧੀਆ ਉਪਰਾਲੇ, ਤੁਸੀਂ ਇਹ ਦੇਖੋ ਵੀ ਆ ਜਿਹੜੀ ਆ ਦਵਾਈ ਪਈ ਆ ਅਰਬਾਂ ਕਰੋੜਾਂ ਦੇ ਵਿੱਚ ਕਹਿ ਲਈਏ ਪਈ ਆ, ਪਰ ਸਰਕਾਰ ਨੂੰ ਤਾਂ ਦਿੱਤੀ ਗਈ ਹੈ ਨਾ, ਪਰ ਜੇ ਵੰਡੀ ਨਹੀਂ ਗਈ ਤਾਂ ਹੀ ਇੱਥੇ ਪਈ ਆ। ਠੀਕ ਹੈ, ਆਪਾਂ ਨੂੰ ਇਹੀ ਆ ਵੀ ਜਿੰਨਾ ਵੀ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਮਿਲੇ ਇਸ ਚੀਜ਼ ਦਾ। ਦੇਖੋ ਅੱਜ ਮੈਨੂੰ ਇੱਕ ਸ਼ਿਕਾਇਤ ਮਿਲੀ ਸੀਗੀ ਜਿਹ 'ਚ ਦੱਸਿਆ ਗਿਆ ਸੀਗਾ ਵੀ ਇੱਥੇ ਜਿਹੜੀ ਐਕਸਟਰਾ ਦਵਾਈ ਆ ਪਈ ਆ, ਪਰ ਮੈਨੂੰ ਵੀ ਹੈਰਾਨੀ ਹੋਈ ਇੱਥੇ ਆ ਕੇ, ਮੈਂ ਵੀ ਨਹੀਂ ਸੋਚਿਆ ਵੀ ਐਡੀ ਵੱਡੀ ਮਾਤਰਾ 'ਚ ਇੱਥੇ ਐਕਸਪਾਇਰ ਦਵਾਈ ਮਿਲੂਗੀ, ਮੰਨ ਲਓ ਲੱਖਾਂ ਦੀ ਕਹਿ ਲਈ ਜਾਂ ਕਰੋੜਾਂ ਦੀ ਕਹਿ ਲਈ ਦਵਾਈ ਐਕਸਪਾਇਰ ਮਿਲੀ ਆ ਇੱਥੇ, ਅਤੇ ਮੈਂ ਜਿਵੇਂ ਹੁਣ ਆ ਪੱਤਾ ਚੱਕਿਆ ਹੱਥ 'ਚ, ਲਗਭਗ 400 ਦਾ ਪੱਤਾ ਬਾਜ਼ਾਰ 'ਚ ਮਿਲਦਾ, ਇਹਦੇ ਨਾਲ ਦੇ ਹਜ਼ਾਰਾਂ ਪੱਤੇ ਜਿਹੜੇ ਐਕਸਪਾਇਰ ਹੋ ਚੁੱਕੇ ਨੇ ਇੱਥੇ ਪਏ ਨੇ, ਇਹ ਸਭ ਕੁਛ ਦੇਖ ਕੇ ਮੈਨੂੰ ਆਪ ਬੜਾ ਦੁੱਖ ਲੱਗਦਾ। ਤੁਸੀਂ ਆਪ ਸਿਆਣੋ ਵੀ ਜਦੋਂ ਸਰਕਾਰ ਵੱਡੇ ਉਪਰਾਲੇ ਕਰਦੀ ਆ ਅਤੇ ਦਵਾਈ ਐਕਸਪਾਇਰ ਹੋਈ ਕੀ ਕਾਰਨ, ਉਹ ਅਲੱਗ ਹੋ ਸਕਦਾ ਵੀ ਇਹਦੇ ਕਾਰਨ ਕੀ ਨੇ ਕੀ ਆ, ਇਹ ਬਾਅਦ ਜਾਂਚਦਾ ਪਿੱਛਾ, ਪਰ ਆਪਣੇ ਆਪ ਨੂੰ ਲੱਗਦਾ ਵੀ ਕਿਤੇ ਇਹ ਨਾ ਹੋਇਆ ਹੋਵੇ ਵੀ ਇਹ ਦਵਾਈ ਲੈਣ ਤੋਂ ਲੋਕ ਵਾਂਝੇ ਰਹਿ ਗਏ ਹੋਣ, ਇਹ ਨਾ ਹੋਇਆ ਹੋਵੇ ਵੀ ਆ ਜਿਹੜੀ ਲੱਖਾਂ ਰੁਪਏ ਦੀ ਦਵਾਈ ਆ ਜਾਂ ਕਰੋੜਾਂ ਦੀ ਦਵਾਈ ਆ ਇੱਥੇ ਪਈ ਰਹਿ ਗਏ ਹੋ, ਅਤੇ ਲੱਖਾਂ ਕਰੋੜਾਂ ਰੁਪਇਆ ਜਿਹੜੇ ਸਾਡੇ ਮਤਲਬ ਲੋਕ ਨੇ ਉਹਨਾਂ ਬਾਅਦ ਜਾ ਕੇ ਖਰਚਿਆ। ਦੇਖੋ ਸਾਰਾ ਕੁਛ ਜਿਹੜਾ ਢਾਂਚਾ ਬਣਿਆ ਸਭ ਰਲ ਕੇ ਚਲਾਉਣਾ, ਮਤਲਬ ਤੁਸੀਂ ਦੱਸੋ ਸਰਕਾਰ ਦਾ ਕੀ ਆ, ਸਰਕਾਰ ਨੇ ਪ੍ਰਬੰਧ ਕਰ ਲੈਂਦੇ ਦਵਾਈਆਂ ਦੇ ਜੋ ਵੀ ਆ, ਸਾਡੇ ਵੱਲੋਂ ਤਾਂ ਤੁਸੀਂ ਦੇਖਿਆ ਹੋਣਾ ਵੀ ਜਿੱਦਾਂ ਸਟਾਕ ਪਿਆ, ਜਿੰਨੀ ਦਵਾਈ ਪਈ ਆ, ਠੀਕ ਆ, ਕਰੋੜਾਂ ਦੀ ਦਵਾਈ ਪਈ ਆ, ਤੁਸੀਂ ਦੇਖੀ ਜੇ ਸਾਰਿਆਂ ਨੇ, ਠੀਕ ਆ, ਸਰਕਾਰ ਤਾਂ ਆਪਣਾ ਬਣਦਾ ਕੰਮ ਤਾਂ ਰਹੀ ਆ, ਪਰ ਗਾਹਾਂ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇਹ ਅਲੱਗ ਜਾਂਚਦਾ ਵੀ ਸਰ। ਤੁਸੀਂ ਅੱਜ ਦੇਖਿਆ ਵੀ ਮੈਂ ਇਹ ਤੋਂ ਬਗੈਰ ਦੱਸਾਂ ਵੀ ਕਿੰਨੀਆਂ ਦਵਾਈਆਂ ਪਈਆਂ ਨੇ, ਕੋਈ ਕੋਈ 2021 ਐਕਸਪਾਇਰ ਹੋਈ ਆ, ਕੋਈ 2022 'ਚ ਹੋਈ ਆ, ਹੈ ਨਾ, ਇਹ ਸਾਰੀ ਚੀਜ਼ਾਂ ਦੇਖ ਕੇ ਮਤਲਬ ਆਪਣੇ ਮਨ ਨੂੰ ਬੜਾ ਦੁੱਖ ਲੱਗਦਾ ਵੀ ਹਾਂ ਇਹ ਜਿਹਦੇ ਨਾਲ ਆਮ ਲੋਕਾਂ ਦਾ ਭਲਾ ਹੋਣਾ ਸੀਗਾ, ਤੁਹਾਨੂੰ ਪਤਾ ਵੀ ਸਰਕਾਰੀ ਹਸਪਤਾਲ 'ਚ ਇੱਕ ਆਮ ਵਰਗ ਦੇ, ਆਮ ਮਿਡਲ ਕਲਾਸ ਕਲੀਏ ਲੋਕ ਜਾਂ ਆਮ ਲੋਕ ਪਰਿਵਾਰ ਜਾਂਦੇ ਨੇ, ਜਿਹਨੂੰ ਲੱਗਦਾ ਜਿਹੜਾ ਵੱਡੇ ਹਸਪਤਾਲ ਦਾ ਖਰਚਾ ਨਹੀਂ ਚੱਕ ਸਕਦੇ, ਹੈ ਨਾ, ਜੇ ਉਰੇ ਆ ਕੇ ਵੀ ਆਹ ਕੁਛ ਹੋਣਾ ਤਾਂ ਬੜਾ ਦੁੱਖ ਲੱਗਿਆ ਸਾਨੂੰ ਦੇਖ ਕੇ। ਤੁਸੀਂ ਹਾਲਾਤ ਦੇਖੀ ਨੇ ਅੰਦਰ ਦਾ, ਹੈ ਨਾ, ਮੈਂ ਗੱਲ ਇਹ ਹੋ ਸਕਦਾ ਵੀ ਬਿਲਡਿੰਗ ਦੀ ਹਾਲਤ ਖਾਸ ਤਾਂ ਹੋਵੇ, ਪਰ ਸਫਾਈ ਦਾ ਜੋ ਧਿਆਨ ਆਪਾਂ ਸਾਰਿਆਂ ਨੇ ਦੇਖਿਆ ਹੀ ਆ, ਅਤੇ ਆਪਣੇ ਮਨ ਨੂੰ ਬੜਾ ਦੁੱਖ ਹੋਇਆ ਸਭ ਕੁਛ ਦੇਖ ਕੇ। ਠੀਕ ਹੈ, ਪਰ ਕੀ ਕਿਵੇਂ ਹੋਇਆ ਇਹ ਦੇਖਦੇ ਹਾਂ, ਜੋ ਵੀ ਉਸ ਸੰਬੰਧਿਤ ਅਧਿਕਾਰੀ ਹੈਗਾ ਜਿਹਦੀ ਗੱਲ ਕਰਕੇ ਜਾਂ ਸਭ ਕੁਛ ਹੋਇਆ, ਠੀਕ ਹੈ, ਉਹਦੇ ਸੰਬੰਧ ਮਰਜ਼ੀ ਕਾਨੂੰਨੀ ਕਾਰਵਾਈ ਕਰਵਾਉਣਗੇ ਜ਼ਰੂਰ। ਇਸ ਤਰ੍ਹਾਂ ਗੱਲ ਹੈ ਕਿ ਕੁਝ ਦਵਾਈਆਂ ਜਦੋਂ ਆਪਾਂ ਡਿਮਾਂਡ ਭੇਜਦੇ ਆ ਤਾਂ ਕੁਛ ਸਾਨੂੰ ਐਕਸਟਰਾ ਦਵਾਈ ਮੰਗਾਉਂਦੇ ਹਾਂ 10%, ਤੋ ਉਹਦੇ ਵਿੱਚ ਜਿਹੜਾ ਸਾਡਾ ਫਾਰਮੇਸੀ ਆਫਿਸਰ ਹੈ ਉਹ ਆਪਣੀ ਦਵਾਈਆਂ ਜਿਹੜੀਆਂ ਉਹ ਡਿਸਟ੍ਰੀਬਿਊਟ ਕਰਦਾ, ਅਤੇ ਉਹਦੇ ਵਿੱਚ ਕੁਛ ਕਮਰੇ ਵਿੱਚ ਦਵਾਈਆਂ ਜਿਹੜੀਆਂ ਸੀ ਕੁਛ ਐਕਸਪਾਇਰ ਸੀ, ਕੁਛ ਜਿਹੜੀਆਂ ਜਿਨ੍ਹਾਂ ਦੀ ਡੇਟ ਸੀ, ਤੋ ਸਾਡੇ ਫਾਰਮੇਸੀ ਅਫਸਰ ਦੀ ਆਲਰੇਡੀ ਜਿਹੜੀ ਡਿਊਟੀ ਜੇਲ੍ਹ 'ਚ ਲੱਗੀ ਹੋਈ ਹੈ, ਅਤੇ ਇੱਕ ਫਾਰਮੇਸੀ ਅਫਸਰ ਦੀ ਡਿਊਟੀ ਜਿਹੜੀ ਉਹ ਚੰਡੀਗੜ੍ਹ ਲੱਗੀ ਹੋਈ ਹੈ ਚੀਫ ਫਾਰਮੇਸੀ ਅਫਸਰ ਦੀ। ਸਾਡੇ ਕੋਲ ਮਤਲਬ ਕਿ ਇਸ ਟਾਈਮ 'ਤੇ ਇੱਕੋ ਹੀ ਫਾਰਮੇਸੀ ਅਫਸਰ ਸੀ, ਅਤੇ ਉਹੀ ਆਪਣੀ ਡਿਊਟੀ ਕਰ ਰਿਹਾ। ਉਹਦੇ ਨਾਲ ਫਿਰ ਜਿਹੜਾ ਨਵਾਂ ਬੰਦਾ ਆਇਆ ਉਹਨੂੰ ਆਏ ਨੂੰ ਇੱਕ ਹਫ਼ਤਾ ਹੀ ਹੋਇਆ, ਅਤੇ ਅਸੀਂ ਕੱਲ੍ਹ ਹੀ ਕਮੇਟੀ ਬਣਾਈ, ਅਤੇ ਉਹ ਕਮੇਟੀ ਦੇ ਨਾਲ ਅਸੀਂ ਇਹਨਾਂ ਨੂੰ ਸਾਰਾ ਸਟੋਕ ਚੈੱਕ ਕਰਨ ਲਈ, ਅਤੇ ਜਿਹੜੀ ਦਵਾਈ ਐਕਸਪਾਇਰ ਜਿਹੜੀ ਹੁੰਦੀ ਆ ਉਸਨੂੰ ਅਸੀਂ ਸੋਰਟ ਆਊਟ ਕਰਕੇ ਜਿਹੜੀਆਂ ਵੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਾਇਓਮੈਡੀਕਲ ਵੇਸਟ ਵਾਲਿਆਂ ਨੂੰ ਦੇਵਾਂਗੇ। ਅਤੇ ਕੁਛ ਦਵਾਈਆਂ ਪਹਿਲਾਂ ਫਾਰਮੇਸੀ ਅਫਸਰ ਜਿਹਦੀ ਜੇਲ੍ਹ 'ਚ ਡਿਊਟੀ ਲੱਗੀ ਆ ਉਸਨੇ ਪਿਛਲੇ ਜਿਹੜੀਆਂ ਸੀਗੀਆਂ ਕੁਛ ਦਵਾਈਆਂ ਉਹਨੂੰ ਜਿਵੇਂ ਆਪਾਂ ਨੂੰ ਡਿਸਕਾਰਡ ਕਰਨਾ ਹੁੰਦਾ ਉਹ ਨਹੀਂ ਕੀਤਾ ਗਿਆ, ਤੋ ਇਸ ਕਰਕੇ ਥੋੜ੍ਹਾ ਸਟੋਕ ਜ਼ਿਆਦਾ ਇਕੱਠਾ ਹੋ ਗਿਆ, ਕਿਉਂਕਿ ਉਹਨੇ ਜੋ ਪਹਿਲਾਂ ਉਹਦੀਆਂ ਹੋ ਗਈਆਂ ਡਿਸਕਾਰਡ ਕੁਛ ਸਮਾਂ ਪਹਿਲਾਂ ਉਹਨੇ ਨਹੀਂ ਡਿਸਕਾਰਡ ਕੀਤੀਆਂ। ਸੋ ਜਿਹੜੀਆਂ ਕਿ ਉਹਨੂੰ ਕਰਨੀਆਂ ਚਾਹੀਦੀਆਂ ਸੀਗੀਆਂ, ਸੋ ਉਹ ਆਪਾਂ ਜਾਂਚ ਕਰਕੇ ਜਿਹੜੀ ਵੀ ਗਲਤੀ ਹੋਏਗੀ ਜਿਹੜੀ ਉਹਨੇ ਪਹਿਲਾਂ ਐਕਸਪਾਇਰ ਜਿਹੜੀਆਂ ਨਹੀਂ ਦਿੱਤੀਆਂ ਜਾਂ ਉਹਨੇ ਜਿਹੜੀਆਂ ਨੇੜੇ ਐਕਸਪਾਇਰ ਸੀ ਉਹ ਪਹਿਲਾਂ ਨਹੀਂ ਦਿੱਤੀਆਂ, ਅਤੇ ਉਸ ਨੂੰ ਆਪਾਂ ਪੁੱਛ ਕੇ ਜਾਂਚ ਕਰਕੇ ਜੋ ਉਹਦੀ ਬਣਦੀ ਕਾਰਵਾਈ ਹੋਗੀ ਉਹਦੇ ਅਗੇਂਸਟ ਕਰਾਂਗੇ। ਡਾਕਟਰ ਸਾਹਿਬ ਨੂੰ ਇੱਕ ਸ਼ਿਕਾਇਤ ਮਿਲੀ ਸੀ ਵੀ ਜਿਹੜੀ ਦਵਾਈਆਂ ਨੇ ਸਿਵਲ ਹਸਪਤਾਲ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਐਕਸਪਾਇਰ ਹੋ ਗਈਆਂ ਨੇ ਅਤੇ ਉਹ ਲੋਕਾਂ ਨੂੰ ਦਿੱਤੀਆਂ ਨੇਗੀਆਂ, ਉਸੇ ਸੰਬੰਧ ਦੇ ਵਿੱਚ ਅੱਜ MLA ਸਾਹਿਬ ਆਏ ਸੀਗੇ, ਅਤੇ ਬਾਕੀ ਦੇਖਣ ਨੂੰ ਮਿਲਿਆ ਵੀ ਜਿਹੜੀਆਂ ਕਰੋੜਾਂ ਰੁਪਏ ਦੀ ਦਵਾਈ ਆ ਉਹ ਇੱਥੇ ਪਈ ਪਈ ਐਕਸਪਾਇਰ ਹੋ ਗਈ, ਜਦੋਂ ਕਿ ਜਿਹੜੇ ਗਰੀਬ ਲੋਕ ਨੇ ਇੱਥੇ ਦਵਾਈ ਲੈਣ ਆਉਂਦੇ ਨੇ ਉਹਨਾਂ ਨੂੰ ਬਾਹਰੋਂ ਮੁੱਲ ਖਰੀਦ ਕੇ ਦਵਾਈ ਲੈਣੀ ਪੈ ਰਹੀ ਆ, ਜਿਹੜਾ ਕਿ ਉਹਨਾਂ ਵਾਸਤੇ ਸੰਭਵ ਨਹੀਂ ਹੈਗਾ, ਤਾਂ ਹੀ ਉਹ ਸਰਕਾਰੀ ਹਸਪਤਾਲ ਦੇ ਵਿੱਚ ਆਉਂਦੇ ਨੇ। ਸੋ ਇਹ ਹਸਪਤਾਲ ਪ੍ਰਸ਼ਾਸਨ ਦੀ ਮੈਂ ਤੁਹਾਨੂੰ ਗੱਲ ਹੀ ਕਹੂੰਗਾ
ਜਿਹੜੇ ਵੀ ਮੁਲਾਜ਼ਮ ਦੀ ਅਣਗਹਿਲੀ ਆ, ਜਿਵੇਂ ਮਿੱਲ ਸਾਹਿਬ ਨੇ ਪਹਿਲਾਂ ਕਿਹਾ, ਉਹ ਜਾਂਚ ਕਰਕੇ, ਜਾਂਚ ਦਾ ਵਿਸ਼ਾ ਜਾਂਚ ਕਰਕੇ ਜਿਹਦੀ ਵੀ ਅਣਗਹਿਲੀ ਆ ਉਹਦੇ ਬਣਦੀ ਕਾਰਵਾਈ ਕੀਤੀ ਜਾਊਗੀ। ਹੈਗੀ 2023 'ਚ ਐਕਸਪਾਇਰ ਹੋਈ ਹੋਈ ਆ, ਕੁਛ 21 'ਚ ਵੀ ਹੈਗੀ ਆ। ਅਤੇ ਇੱਕ ਥੋੜ੍ਹੀ ਜਿਹੀ ਗੱਲ ਇੱਕ ਇਹ ਵੀ ਲੱਗਿਆ ਵੀ ਐਕਸਪਾਇਰ ਦਵਾਈਆਂ ਦੇ ਨਾਲ ਨਾਲ ਜਿਹੜੀਆਂ ਦੀ ਹਜੇ ਡੇਟ ਹੈਗੀ ਆ ਉਹ ਵੀ ਦਵਾਈਆਂ ਸਟੋਰ ਦੇ ਵਿੱਚ ਉੱਦਾਂ ਪਈਆਂ ਨੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੋਂ ਮੈਨੂੰ ਲੱਗਦਾ ਵੀ ਐਕਸਪਾਇਰ ਹੋ ਕੇ ਨਿਕਲਣੀਆਂ ਸੀ, ਜੇ ਆਪਣੇ ਧਿਆਨ ਦੇ ਵਿੱਚ ਨਾ ਮਸਲਾ ਆਉਂਦਾ। ਸੋ ਇੱਕ ਪ੍ਰਸ਼ਾਸਨ ਦੀ ਉਹ ਅਣਗਹਿਲੀ ਕਹਿ ਸਕਦਾ, ਜਿਹੜੇ ਵੀ ਅਧਿਕਾਰੀ ਦੀ ਹੈਗੀ ਆ, ਜਾਂਚ ਕਰਕੇ ਕੋਈ ਵੀ ਦੋਸ਼ੀ ਪਾਇਆ ਜਾਂਦਾ ਉਹ 'ਤੇ ਕਾਰਵਾਈ ਕੀਤੀ। ਉਹੀ ਤੁਹਾਡੇ ਨਾਲ ਪਹਿਲਾਂ ਕਹਿ ਕੇ ਹਟਿਆ ਵੀ ਉਹ ਇਸ ਤਰ੍ਹਾਂ ਦੀ ਜਗ੍ਹਾ 'ਤੇ ਪਈਆਂ ਨੇ ਜਿਨ੍ਹਾਂ ਦੀ ਡੇਟ ਰਹਿੰਦੀ ਵੀ ਆ ਵੀ ਉਹ ਜੇ ਆਪਾਂ ਅੱਜ ਨਾ ਆਉਂਦੇ ਤਾਂ ਐਕਸਪਾਇਰ ਹੋ ਜਾਣੀ ਨੇ, ਮੈਂ ਉਹੀ ਚੀਜ਼ ਦਾ ਹਵਾਲਾ ਤੁਹਾਨੂੰ ਦਿੱਤਾ। ਸੋ ਕੋਈ ਗੱਲ ਨਹੀਂ, ਧਿਆਨ ਦੇ ਵਿੱਚ ਆਇਆ, ਅੱਗੇ ਤੋਂ ਇੱਦਾਂ ਦਾ ਕਦੇ ਵੀ ਨਹੀਂ ਹੋਊਗਾ, ਅਤੇ ਜਿਹੜਾ ਵੀ ਅਧਿਕਾਰੀ ਹੋਊਗਾ ਇਹਦੇ ਵਿੱਚ ਅਣਗਹਿਲੀ ਕੀਤੀ ਹੋਊਗੀ ਉਹ 'ਤੇ ਕਾਰਵਾਈ ਹੋਊਗੀ।